ਸ੍ਰੀ ਵਾਹਿਗੁਰੂ ਸਾਹਿਬ ਜੀ ਬਦਬਖਤ ਹਮ ਚੋ ਵਕੀਲ ਗਾਫਿਲ ਬੇ ਨਜ਼ਰ ਵੇ ਬਾਤ ਨਾਨਕ ਬਗੁਏਦ ਜਨ ਤੁਰਾ ਤੇਰੇ ਚਾਕਰਾਂ ਪਾਖਾ ਸ੍ਰੀ ਗੁਰ ਸ਼ਬਦ ਕਮਾਈ ਜਨ ਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਗੁਰਪੂਰੈ ਚਰਨੀ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹਰਾ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਦੋ ਜਹਾਂ ਬਾਲੀ ਵਾਲੀਏ ਕੁਲ ਆਲਮ ਸ਼ਬਦ ਬ੍ਰਹਮੇ ਅਵਤਾਰ ਸਤਿਗੁਰੂ ਪ੍ਰਗਟ ਗੁਰਾਂ ਕੀ ਦੇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਪਵਿੱਤਰ ਪਾਵਨ ਸਥਾਨ ਬਾਬਾ ਸੰਗ ਗੁਰਦੁਆਰਾ ਜਿੱਥੇ ਕਿ ਮਹਾਂਪੁਰਖ ਦਮਦਮੀ ਟਕਸਾਲ ਦੇ 13ਵੇਂ ਮੁਖੀ ਵਿਦਿਆ ਦੇ ਮਾਰਤੰਡ ਬ੍ਰਹਮ ਗਿਆਨੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਨਾਲ ਨਾਲ ਜੁਗੋ ਜੁਗਾ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਇਹ ਦੋਵੇਂ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆ ਸਮੁੱਚੇ ਨੌਜਵਾਨ ਵੀਰਾਂ ਵੱਲੋਂ ਉੱਦਮ ਉਪਰਾਲੇ ਕੀਤੇ ਗਏ ਇਹਨਾਂ ਉਪਰਾਲਿਆਂ ਨੂੰ ਮੁੱਖ ਰੱਖਦਿਆਂ ਹੋਇਆ ਪਰਸੋਂ ਰੋਜ਼ ਤੋਂ ਲੈ ਕੇ ਤੁਰਕੀ ਬਾਣੀ ਆਈ ਦਿਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਹੁਣੇ ਭੋਗ ਪਏ ਨੇ ਭੋਗ ਉਪਰੰਤ ਆਪ ਸੰਗਤਾਂ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਰਤੀ ਸਰਵਣ ਕੀਤੀ ਹੈ ਭੋਗ ਦੇ ਸਮੇਂ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਰੁੱਟ ਕੇ ਪਾਵਨ ਮੁੱਖ ਵਾਕ ਬਖਸ਼ੇ ਸਤਿਗੁਰਾਂ ਦੇ ਪਾਵਨ ਅੰਗ 623 ਉੱਪਰ ਗੁਰਸੰਗਤ ਜੀ ਸੁਭਾਏ ਮਾਨ ਹੈ ਸ਼ਹੀਦਾਂ ਦੇ ਸਰਤਾਜ ਗਰੀਬਨਵਾਜ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪਾਵਨ ਸ਼ਬਦ ਆਪਣੀ ਅੰਮ੍ਰਿਤਮਈ ਰਸਨਾ ਤੋਂ ਉਚਾਰੇ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਜੋ ਸ਼ਬਦ ਉਚਾਰੇ ਹੈ ਇਸ ਪਾਵਨ ਸ਼ਬਦ ਦਾ ਜੋ ਰਹਾਓ ਦਾ ਬੰਦ ਹੈ ਹਰ ਗੁਣ ਗਾਵਹੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵਹੋ ਜੀ ਕੈ ਸੰਗ ਸਹਾਈ ਕਿਉਂਕਿ ਸ਼ਬਦ ਦਾ ਕੇਂਦਰੀ ਭਾਵ ਸੈਂਟਰਲ ਆਈਡੀਆ ਰਹਾਓ ਦੇ ਬੰਦ ਵਿੱਚ ਹੋਇਆ ਕਰਦਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਅੰਦਰ ਜਿੱਥੇ ਪ੍ਰਾਰੰਭਤਾ ਚ ਪੂਰੇ ਗੁਰੂ ਦੇ ਚਰਣਾਂ ਦੀ ਗੱਲ ਕਰ ਰਹੇ ਨੇ
उत्थे पूरे गुरु दे चरणी लग के सतगुरु महाराज बख्शिश कर रहे ने भाई ओ परमेश्वर वाहिगुरु दे गुण गाउणा करो। गुण किवें गाउणे आ? हर गुण गावहो सदा सुभाई सहत प्रेम दे, क्योंकि सतगुरु महाराज सच्चे पातशाह जी का वचन आप पढ़ते हैं, सवैया अंदर साच कहो सुन लियो सबै जिन प्रेम कियो तिन ही प्रपायो। प्रेम तो सखने जितने भी कर्म ने सारे कर्म कांड बन जाते हैं। प्रेम दे संयोगत किए हुए कारज किए हुए कर्म उस सहत फल दे सफले हो जाते हैं। सतगुरु महाराज सच्चे पातशाह जी इत्थे इसलिए बख्शिश कर रहे ने हर गुण गावहो हरी परमेश्वर वाहिगुरु दे गुण गाउणा करो। किन्ना चिर गाउणे ने सदा सदा लई। अजकल कई तर्कवादी कह दिंदे आ भी नितनेम करन दी लोड़ नहीं, सिमरन करन दी लोड़ नहीं, वाहिगुरु कहन दी लोड़ नहीं, कहने मकैनिकल रैपीटीशन। वेखो इत्थे सतगुरु कह रहे ने भाई सदा उहदे गुण गावो ते गाउणे भी किवें सुभाई सहत प्रेम दे। हुण गल खड़ी हुंदी आ वी किहड़े गुण गाउणे आ। संसार दे विच आपां वेखदे आ कई नेतावां दे गुण गाउंदे आ, कई पखंडियां दे झूठियां दे गुण गाउंदे आ। सच्चे पातशाह जी ने बाणी च सानूं बख्शिश कीती है, दुनिया ना सालाही जो मरवंज सी। सतगुरु महाराज सच्चे पातशाह जी कहिंदे भाई दुनिया दी की सिफत सलाह करनी, जिन्हें मर जाना है, मिट जाना है, मुक जाना है, खत्म हो जाना है। ਆਹੀ ਜੋ ਮਰ ਖਾਕ ਥੀ, ਮਹਾਰਾਜ ਕਹਿੰਦੇ ਲੋਕਾਂ ਦੀ ਕੀ ਸਿਫਤ ਕਰਨੀ, ਝੂਠਿਆਂ ਦੀਆਂ ਕੀ ਸਿਫਤਾਂ ਕਰਨੀਆਂ, ਜਿਹਨੇ ਮਰ ਕੇ ਸਵਾਹ ਬਣ ਜਾਣਾ, ਖਾਕ ਬਣ ਜਾਣਾ। ਜੇ ਸਿਫਤ ਕਰਨੀ ਹੈ, ਜੇ ਗੁਣ ਗਾਉਣੇ ਹੈ, ਤਾਂ ਪੂਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ। ਉਹ ਪਰਮੇਸ਼ੁਰ ਸਰੂਪ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਉਹ ਆਪ ਨਿਰੰਕਾਰ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਤ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਉਹ ਆਪ ਨਿਰੰਕਾਰ ਨਿਰਾਕਾਰ ਪਰਮੇਸ਼ਰ ਵਾਹਿਗੁਰੂ ਗੁਰੂ ਨਾਨਕ ਦਾ ਨਾਮ ਰਖਾ ਕੇ ਜਗਤ ਜਲੰਦੇ ਨੂੰ ਧਾਰਨ ਦੇ ਲਈ ਅਰਸਾਂ ਤੋਂ ਪਵਿੱਤਰ ਧੁਰਕੀ ਬਾਣੀ ਇੱਥੇ ਫਰਸਾਂ 'ਤੇ ਲੈ ਕੇ ਆਏ। ਸਾਡੇ ਜਗਤ ਜੀਆਂ ਨੂੰ ਧਾਰਨ ਦੇ ਲਈ ਅਰਸਾਂ ਦੀ ਖਸਮ ਦੀ ਬਾਣੀ, ਸੱਚ ਕੀ ਬਾਣੀ, ਉਹ ਧੁਰ ਦੀ ਬਾਣੀ ਜਿਹਨੂੰ ਮਹਾਰਾਜ ਨੇ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਉਹ ਬਾਣੀ ਦੁਆਰਾ ਗੁਣ ਗਾਉਣੇ ਹੈ, ਜਿਵੇਂ ਪਾਠ ਕਰਦੇ ਆ, ਪਾਠ ਵਿਚਾਰਦੇ ਆ, ਕਥਾ ਹੁੰਦੀ ਹੈ, ਕੀਰਤਨ ਹੁੰਦਾ, ਇਹ ਪਰਮੇਸ਼ੁਰ ਦੇ ਗੁਣ ਗਾਉਣ ਦੀਆਂ ਵਿਧੀਆਂ ਨੇ। ਮੇਰੇ ਕੋਲ ਸਮਾਂ ਸੰਖੇਪ ਜਾ, ਕਿਉਂਕਿ ਬਹੁਤ ਪੰਥ ਦੀਆਂ ਮਾਇਆ ਨਾਜ ਹਸਤੀਆਂ ਇਸ ਸਥਾਨ ਤੇ ਆਪ ਸੰਗਤਾਂ ਦੇ ਸਮਕਸ਼ ਸ਼ੋਭਤ ਨੇ, ਜਿਹਨਾਂ ਮਹਾਂਪੁਰਖਾਂ ਦੀਆਂ ਯਾਦਾਂ ਮਨਾ ਰਹੇ ਆ। ਵਿਦਿਆ ਮਾਰਕੰਡ, ਪੰਥ ਰਤਨ, ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਬ੍ਰਹਮ ਗਿਆਨੀ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਦੋਂ ਅਸੀਂ ਕਥਾ ਕਰਦੇ ਹਾਂ, ਦਾਸ ਬਰਨਾਲੇ ਕਥਾ ਕਰਦਾ ਰਿਹਾ, ਪਟਿਆਲੇ ਦੁਖਨਿਵਾਰਨ ਸਾਹਿਬ ਵੀ ਕੁਝ ਸਮਾਂ ਕਥਾ ਦੀ ਸੇਵਾ ਕਰਦਾ ਰਿਹਾ, ਉਹਨਾਂ ਮਹਾਂਪੁਰਖਾਂ ਦੀ ਕਥਾ ਦੀ ਟੇਪ ਸੁਣ ਕੇ ਪਹਿਲੋਂ ਅਰਥ ਵਿਚਾਰੀ ਦੇ, ਉਹਨਾਂ ਮਹਾਂਪੁਰਖਾਂ ਦੇ ਗੁਰਸੰਗਤ ਜੀ ਪੋਤਰੇ ਆਪ ਸੰਗਤਾਂ ਵਿੱਚ ਵਿਰਾਜਮਾਨ ਨੇ, ਜਿਹੜੇ ਮਹਾਨ ਪੰਥ ਦੇ ਵਿਦਵਾਨ ਨੇ, ਜਿਹਨਾਂ ਨੂੰ ਸਤਿਕਾਰ ਨਾਲ ਅਸੀਂ ਬਾਈ ਜੀ ਕਹਿੰਦੇ ਹਾਂ। ਇਸੇ ਤਰ੍ਹਾਂ ਉਹਨਾਂ ਮਹਾਂਪੁਰਖਾਂ ਦੇ ਹੋਰ ਜਿੱਥੇ ਵਿਦਿਆਰਥੀ ਨੇ, ਗਿਆਨੀ ਪ੍ਰੀਤਮ ਸਿੰਘ ਜੀ ਜਿਹੜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਦੇ ਹੈੱਡ ਗ੍ਰੰਥੀ ਵੀ ਰਹੇ, ਇੱਥੇ ਵੀ ਬੱਚਿਆਂ ਨੂੰ ਵਿੱਦਿਆ ਪੜ੍ਹਾ ਰਹੇ ਨੇ, ਹੋਰ ਵੀ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਦੇ ਸਮੇਂ ਸਮੇਂ ਜਿਹੜੇ ਜਥੇ ਵਿੱਚ ਪੜ੍ਹਨ ਵਾਲੇ ਸਿੰਘ ਧੁਰੰਦਰ ਵਿਦਵਾਨ ਜਿਹੜੇ ਦੁਨੀਆ ਦੇ ਕੋਨੇ ਕੋਨੇ 'ਚ ਸਿੱਖੀ ਦਾ ਪ੍ਰਚਾਰ ਕਰ ਰਹੇ ਇੱਥੇ ਬੈਠੇ ਨੇ, ਜਿਹਨਾਂ ਨੇ ਮਹਾਂਪੁਰਖਾਂ ਦੇ ਜੀਵਨ ਬਾਬਤ ਵੀ ਆਪ ਸੰਗਤਾਂ ਨੂੰ ਚਾਨਣਾ ਪਾਉਣਾ ਹੈ,
ਸੋ ਮੈਂ ਸੂਖਮ ਜੇ ਵਿਚਾਰ ਕਰਨੀ ਹੈ, ਸੰਖੇਪ ਜੇ ਅਰਥ ਕਰਨੇ ਆ, ਕਿਉਂਕਿ ਮੈਨੂੰ ਹੁਕਮ ਹੋਇਆ ਵੀ ਹੁਕਮਨਾਮੇ ਦੀ ਵੀ ਵਿਚਾਰ ਨਾਲ ਨਾਲ ਮਹਾਂਪੁਰਖਾਂ ਦੇ ਜੀਵਨ ਬਾਬਤ ਤੇ ਨਾਲ ਨਾਲ ਜੋ ਸੰਪੂਰਨਤਾ ਦਿਵਸ ਮਨਾਇਆ ਜਾ ਰਿਹਾ ਉਹਦੇ ਬਾਬਤ ਵੀ ਟੂਕ ਮਾਤਰ ਵਿਚਾਰ ਕਰਨੀ ਹੈ। ਗੁਰਮੁਖੋ, ਸਤਿਗੁਰੂ ਜੀ ਦਾ ਫਰਮਾਨ ਹੈ, ਗੁਰਬਾਣੀ ਗਾਵਹੁ ਭਾਈ ਉਹ ਸਫਲ ਸਦਾ ਸੁਖਦਾਈ। ਗੁਰੂ ਦੀ ਬਾਣੀ ਸਦਾ ਹੀ ਸੁੱਖ ਦੇਣ ਵਾਲੀ ਹੈ। ਗੁਰਬਾਣੀ ਗਾਵਹੁ ਭਾਈ ਉਹ ਸਫਲ ਸਹਿਤ ਫਲਦੇ ਹੈ ਤੇ ਸੁਖਦਾਈ, ਸੁੱਖ ਦੇ ਦਾਨ ਦੇਣ ਵਾਲੀ ਸੁਖਦਾਤੀ ਹੈ। ਆਪਾਂ ਬਚਨ ਪੜ੍ਹਿਆ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਇੱਥੋਂ ਤੱਕ ਅਸੀਂ ਮੰਨ ਲੈਂਦੇ ਹਾਂ। ਪਰ ਅੱਗੇ ਗੁਰਬਾਣੀ ਕਹੇ ਸੇਵਕ ਜਨ ਮੰਨੈ, ਜੋ ਗੁਰੂ ਕਹਿੰਦਾ ਉਹ ਨਹੀਂ ਅਸੀਂ ਮੰਨਦੇ। ਜੇ ਕਿਤੇ ਉਹ ਅਸੀਂ ਮੰਨ ਲਈਏ ਤਾਂ ਸਤਿਗੁਰੂ ਜੀ ਕਹਿੰਦੇ ਕਲਾ ਕੀ ਵਰਤਦੀ ਹੈ, ਪ੍ਰਤੱਖ ਗੁਰੂ ਨਿਸਤਾਰੇ, ਸੰਸਾਰ ਸਮੁੰਦਰ ਤੋਂ ਸਤਿਗੁਰੂ ਤਾਰ ਦਿੰਦਾ, ਮੁਕਤ ਕਰ ਦਿੰਦਾ, ਪ੍ਰਤੱਖ ਕਲਾ ਵਰਤਦੀ ਹੈ ਉਹ ਬਾਣੀ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਵੀ ਮਨਾਇਆ ਜਾ ਰਿਹਾ ਹੈ। ਪਹਿਲੇ ਜਾਮੇ ਤੋਂ ਧੰਨ ਗਰੀਬਨ ਵਾਸ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਬੇਈ ਨਦੀ ਚ ਚੁੱਭਾ ਮਾਰ ਕੇ ਸਾਨੂੰ ਮੂਲ ਮੰਤਰ ਬਖਸ਼ੇ ਆ। ਧੁਰ ਦਰਗਾਹ ਦੀ ਬਾਣੀ ਇੱਥੇ ਸੰਸਾਰ ਚ ਜਗਤ ਜਲੰਦੇ ਨੂੰ ਤਾਰਨ ਦੇ ਲਈ ਪ੍ਰਗਟ ਕੀਤੀ, ਕਿਉਂਕਿ ਬਾਬਾ ਵੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਧਿਆਨ ਵਿੱਚ ਸਾਰੀ ਸ੍ਰਿਸ਼ਟੀ ਸੜਬਲ ਰਹੀ ਸੀ, ਦੁਖੀ ਸੀ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਵੀ ਵਾਜਹੋਂ ਗੁਰੂ ਗਵਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਤੋਂ ਬਿਨਾਂ ਜਗਤ ਦੇ ਵਿੱਚ ਅੰਧਕਾਰ ਹੈ, ਸਾਰੀ ਸ੍ਰਿਸ਼ਟੀ ਬਰਲਾਪ ਕਰ ਰਹੀ ਹੈ, ਤੇ ਜਗਤ ਜਲੰਦੇ ਨੂੰ ਤਾਰਨ ਦੇ ਲਈ ਸੱਚਖੰਡ ਦੀ ਬਾਣੀ ਸਤਿਗੁਰੂ ਜੀ ਨੇ ਪ੍ਰਗਟ ਕੀਤੀ। ਦਸਾਂ ਜਾਮਿਆਂ ਚ ਬਖਸ਼ਿਸ਼ ਕਰਕੇ ਛੇ ਗੁਰੂ ਸਾਹਿਬਾਨ ਨੇ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਇਹ ਅੰਮ੍ਰਿਤਮਈ ਬਾਣੀ ਉਚਾਰੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਮਸਰ ਦੀ ਪਾਵਨ ਧਰਤੀ ਤੇ ਗੁਰਸੰਗਤ ਜੀ ਬਖਸ਼ਿਸ਼ ਕੀਤੀ, ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸਮੁੱਚੀ ਬਾਣੀ ਇੱਕ ਬੀੜ ਦੇ ਵਿੱਚ ਸਤਿਗੁਰੂ ਜੀ ਨੇ ਲਿਖ ਦਿੱਤੀ, ਜਿਹਨੂੰ ਪ੍ਰਾਤਨ ਸਮੇਂ ਦੇ ਵਿੱਚ ਆਦਿ ਬੀੜ ਦਾ ਨਾਮ ਵੀ ਦਿੱਤਾ ਜਾਂਦਾ। 30 ਰਾਗਾਂ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਜ ਗੁਰੂ ਸਾਹਿਬਾਨ ਦੀ ਬਾਣੀ, ਭੱਟ ਸਾਹਿਬਾਨ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਭਗਤਾਂ ਦੀ ਬਾਣੀ ਸਤਿਗੁਰੂ ਜੀ ਨੇ ਅੰਕਿਤ ਕੀਤੀ। ਜਿਸ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਤਖ਼ਤ ਸਾਹਿਬ ਤੇ ਸੁਸ਼ੋਭਿਤ ਨੇ। ਇੱਕ ਦਿਨ ਸਿੱਖ ਪੰਜ ਗ੍ਰੰਥੀ ਦਾ ਨਿਤਨੇਮ ਕਰ ਰਹੇ ਹੈ ਤੇ ਨਿਤਨੇਮ ਕਰਦਿਆਂ ਇੱਕ ਸਿੱਖ ਨੇ ਓਅੰਕਾਰ ਬਾਣੀ, ਜਿਹਨੂੰ ਅਸੀਂ ਦੱਖਣੀ ਓਅੰਕਾਰ ਨਾਮ ਲੈਂਦੇ ਹਾਂ, ਪੜ੍ਹਦਿਆਂ ਇੱਕ ਤੁੱਕ ਗਲਤ ਪੜ੍ਹ ਦਿੱਤੀ। ਤੁੱਕ ਦੇ ਵਿੱਚ ਇੱਕੋ ਹੀ ਸ਼ਬਦ ਕਹਿ ਲਈਏ, ਇੱਕੋ ਹੀ ਲਾਮ ਦਲਾਮ ਦਾ ਫਰਕ ਪਾ ਦਿੱਤਾ। ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਦੀ ਥਾਂ ਤੇ ਕੇ ਜਾਣਾ ਪੜ ਗਿਆ, ਦਲਾਈਆਂ ਦੀ ਥਾਂ ਤੇ ਇੱਕ ਲਾਂ ਲਾ ਦਿੱਤੀ, ਅਰਥ ਦਾ ਅਨਰਥ ਹੋ ਗਿਆ। ਕਿਉਂਕਿ ਬੜੇ ਵਿਦਵਾਨ ਮਹਾਂਪੁਰਖ ਬੈਠੇ ਨੇ, ਮੈਂ ਤਾਂ ਨਾ ਚੀਜ਼ ਉਹਨਾਂ ਦੇ ਚਰਨਾਂ ਦੀ ਧੂੜ ਦੇ ਕਿਣਕੇ ਬਰਾਬਰ ਵੀ ਨਹੀਂ, ਇਹਨਾਂ ਤੋਂ ਹੀ ਸਿੱਖਿਆ। ਗੁਰਮੁਖੋ, ਜੇ ਅਸੀਂ ਇੱਕ ਵਿਸਰਾਮ ਦਾ ਵੀ ਫਰਕ ਪਾ ਦਈਏ ਤਾਂ ਅਰਥ ਫਿਰ ਵੀ ਬਦਲ ਜਾਂਦੇ ਆ। ਜਿਵੇਂ ਦੋ ਮਨੁੱਖ ਲੜਦੇ ਹੋਣ, ਕੋਲ ਵੇਖਣ ਵਾਲਾ ਕਵੇ ਮਾਰੋ ਮਤ ਜਾਣੇ ਦੋ, ਧਿਆਨ ਦੇਣਾ ਮਾਰੋ ਮਤ ਜਾਣੇ ਦੋ, ਭਾਵ ਇਹਨਾਂ ਨੂੰ ਮਾਰੋ ਜਾਣ ਨਾ ਦਿਓ। ਦੂਜਾ ਕਹਿੰਦਾ ਨਹੀਂ, ਮਾਰੋ ਮਤ ਜਾਣੇ ਦੋ।
ਸ਼ਬਦ ਉਹਨੇ ਨੇ ਮਾਰੋ ਮਤ ਜਾਣੇ ਦੋ। ਪਹਿਲਾਂ ਮਾਰੋ ਤੇ ਵਿਸਰਾਮ ਸੀ, ਹੁਣ ਮਤ ਤੇ ਵਿਸਰਾਮ ਹੋ ਗਿਆ। ਪਹਿਲਾਂ ਭਾਵ ਸੀ ਇਹਨੂੰ ਮਾਰ ਦੇ ਉਹਨੂੰ ਛੱਡਣਾ ਨਹੀਂ, ਹੁਣ ਭਾਵ ਹੋ ਗਿਆ ਵੀ ਇਹਨੂੰ ਜਾਣ ਦਿਓ ਮਾਰੋ ਨਾ। ਇੱਕ ਵਿਸਰਾਮ ਨਾਲ ਹੀ ਫਰਕ ਪੈ ਗਿਆ। ਸਿੱਖ ਨੇ ਇੱਕ ਲਾਂ ਦਾ ਫਰਕ ਪਾਇਆ, ਦਲਾਵਾਂ ਦੀ ਥਾਂ ਤੇ ਇੱਕ ਲਾਂ ਪੜ੍ਹੇ। ਕਲੰਗੀ ਵਾਲਾ ਪਾਤਸ਼ਾਹ ਨੇ, ਸੱਚੇ ਪਾਤਸ਼ਾਹ ਨੇ ਸਿੰਘ ਨੂੰ ਭੇਜਿਆ, ਤਾਲਣਾ ਕਰਵਾਈ। ਸਿੰਘ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਤਾਂ ਕਹਿੰਦੇ ਹੋ ਬਾਣੀ ਲੋਕ ਪ੍ਰਲੋਕ ਦੀ ਰੱਖਿਅਕ ਹੈ, ਇਹ ਤਾਂ ਤੁਹਾਡੀ ਹਜ਼ੂਰੀ 'ਚ ਬਾਣੀ ਪੜ੍ਹਦੇ। ਸਿੱਖ ਨੇ ਤਾਲਣਾ ਕੀਤੀ। ਮਹਾਰਾਜ ਕਹਿੰਦੇ ਭਾਈ ਤੂੰ ਬਾਣੀ ਗਲਤ ਪੜ੍ਹਦਾ ਸੀ, ਇਹ ਬਾਣੀ ਦਾ ਇੱਕ ਇੱਕ ਅੱਖਰ ਸਾਡੇ ਅੰਗ ਨੇ, ਤੂੰ ਸਾਡਾ ਅੰਗ ਭੰਗ ਕੀਤਾ। ਕਰਤੇ ਕਿਵੇਂ ਕਰਤਾ ਜਾਣਾ, ਕਰਤੇ ਅਕਾਲ ਪੁਰਖ ਵਾਹਿਗੁਰੂ ਦੀ ਮਿਤ ਮਰਜ਼ਾਦਾ, ਵਾਹਿਗੁਰੂ ਆਪ ਜਾਣਦਾ। ਕੈ ਦਾ ਅਰਥ ਜਾ ਅਥਵਾ ਗੁਰੂ ਸੂਰਮਾ ਪੂਰਾ ਗੁਰੂ ਜਾਣਦਾ, ਉਹ ਵਾਹਿਗੁਰੂ ਆਪਣੀ ਮਰਜ਼ਾਦਾ ਨੂੰ ਆਪ ਜਾਣਦਾ ਜਾਂ ਪੂਰਾ ਗੁਰੂ ਜਾਣਦਾ। ਪਰ ਕੇ ਜਦੋਂ ਤੂੰ ਸ਼ਬਦ ਪੜ੍ਹਤਾ ਕੈ ਦੀ ਥਾਂ ਤੇ, ਉਹਦਾ ਭਾਵ ਬਣ ਗਿਆ ਵੀ ਉਹ ਗੁਰੂ ਸੂਰਮਾ ਵਿਚਾਰਾ ਕੀ ਜਾਣਦਾ, ਅਨਰਥ ਹੋ ਗਿਆ। ਸਿੱਖ ਨੇ ਹੱਥ ਜੋੜੇ, ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ, ਬਾਣੀ ਦਾ ਬੋਧ ਬਖਸ਼ੋ। ਤਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਬਚਨ ਕੀਤਾ, ਭਾਈ ਹੁਣ ਜੰਗਾ ਯੁੱਧਾ ਦਾ ਸਮਾਂ, ਜਦੋਂ ਜੰਗਾ ਯੁੱਧਾ ਤੋਂ ਵਿਹਲੇ ਹੋਏ ਉਦੋਂ ਬਖਸ਼ਿਸ਼ ਕਰਕੇ ਤੁਹਾਨੂੰ ਬਾਣੀ ਦਾ ਬੋਧ ਬਖਸ਼ਾਂਗੇ। ਫਿਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸਤਿਗੁਰੂ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਲਹਾਰੀ ਲਗਾ ਕੇ, ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਕਲਮਾ ਘੜੀਆਂ ਸਿਆਹੀ ਤਿਆਰ ਕੀਤੀ। 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਵਿੱਚ ਮਹਾਰਾਜ ਨੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾਇਆ। ਕਿਉਂਕਿ ਪਹਿਲੋਂ ਬਾਬੇ ਧੀਰਮਲ ਕੋਲ ਸਰੂਪ ਸੀ, ਜੋ ਪੰਚਮ ਪਾਤਸ਼ਾਹ ਵਾਲਾ ਸਰੂਪ। ਧੀਰਮਲ ਨੇ ਜਵਾਬ ਦੇ ਦਿੱਤਾ ਸਿੱਖਾਂ ਨੂੰ ਵੀ ਜੇ ਉਹੋ ਹੀ ਗੁਰੂ ਹੈ, ਉਹੋ ਹੀ ਜੋਤ ਹੈ, ਤਾਂ ਕੰਠੋਂ ਕਿਉਂ ਨਹੀਂ ਬਾਣੀ ਉਚਾਰ ਲੈਂਦੇ। ਮਹਾਰਾਜ ਨੇ ਵਿਚਾਰਿਆ ਵੀ ਜੇ ਅਸੀਂ ਹੁਣ ਕੰਠੋਂ ਬਾਣੀ ਨਾ ਉਚਾਰੀ, ਜਿਵੇਂ ਅੱਜ ਕੱਲ੍ਹ ਤਰਕਵਾਦੀ ਨੇ ਸ਼ੰਕਾਵਾਦੀ ਹੈ, ਗੁਰੂ ਤੇ ਸ਼ੰਕੇ ਖੜੇ ਕਰਨ ਲੱਗ ਗਏ ਵੀ ਆਉਣ ਵਾਲੇ ਸਮੇਂ 'ਚ ਸਿੱਖਾਂ ਨੇ ਕਿਤੇ ਸ਼ੰਕਾ ਨਾ ਕਰ ਲੈਣਾ ਵੀ ਗੁਰੂ ਨਾਨਕ ਤੇ ਦਸਵੇਂ ਜਾਮੇ 'ਚ ਫਰਕ ਸੀ। ਸਤਿਗੁਰੂ ਜੀ ਨੇ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਮੁੱਚੀ ਬਾਣੀ ਕੰਠੋਂ ਉਚਾਰੀ, ਭਾਵ ਜਵਾਨੀ ਉਚਾਰੇ। ਇਹ ਕੋਈ ਅਤਕਥਨੀ ਨਹੀਂ, ਮਹਾਨ ਕੋਸ਼ ਪੜ੍ਹੀਏ। ਭਾਈ ਕਾਨ ਸਿੰਘ ਜੀ ਨਾਭਾ ਜੀ ਦੇ ਪਿਤਾ ਜੀ ਜਦੋਂ ਮਹਾਨ ਕੋਸ਼ ਪੜ੍ਹਦੇ ਆ ਨਾ, ਉਹਦੇ ਅੱਗੇ ਜਦੋਂ ਆਪਾਂ ਪੜ੍ਹਦੇ ਹਾਂ ਦੋ ਸ਼ਬਦ, ਉਹਦੇ ਵਿੱਚ ਲਿਖਦੇ ਆ ਭਾਈ ਕਾਨ ਸਿੰਘ ਜੀ ਨਾਭਾ ਜੀ ਦੇ ਪਿਤਾ ਜੀ ਦੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਵਾਨੀ ਕੰਠ ਸੀ। ਇੱਕੋ ਚੌਂਕੜੇ 'ਚ ਜਵਾਨੀ ਸ੍ਰੀ ਅਖੰਡ ਪਾਠ ਸਾਹਿਬ ਕਰਿਆ ਕਰਦੇ। ਜੇ ਸਿੱਖ ਕਰ ਸਕਦਾ, ਗੁਰੂ ਕਿਉਂ ਨਹੀਂ ਕਰ ਸਕਦਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 31ਵਾਂ ਰਾਗ, ਰਾਗ ਜੈ ਜਾਵੰਤੀ ਉਚਾਰਿਆ, ਜਿਹਦੇ ਵਿੱਚ ਕੇਵਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ, 9ਵੇਂ ਮਹੱਲੇ ਦੀ ਬਾਣੀ ਸਤਿਗੁਰੂ ਜੀ ਨੇ ਚਾੜ ਕੇ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਚਨਾ ਕੀਤੀ। ਉੱਥੇ ਇੱਕ ਹੋਰ ਵਿਲੱਖਣ ਘਟਨਾ ਹੋਈ, ਜਿੱਥੇ ਸਤਿਗੁਰੂ ਅੰਮ੍ਰਿਤ ਵੇਲੇ ਪਹਿਲੇ ਪੈਰ ਬਾਣੀ ਉਚਾਰ ਕੇ ਲਿਖਵਾਉਂਦੇ, ਉੱਥੇ ਪਿਛਲੇ ਪੈਰ ਸਤਿਗੁਰੂ ਜੀ 48 ਸਿੰਘਾਂ ਨੂੰ ਬਾਣੀ ਦੇ ਅਰਥ ਵੀ ਪੜਾਇਆ ਕਰਦੇ। ਕਥਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਅਰਥ ਬੋਧ ਕਰਾਇਆ ਕਰਦੇ। ਜਿੱਥੇ ਬਾਣੀ ਦੀ ਸੰਥਿਆ ਦਿੰਦੇ, ਨਾਲ ਕਥਾ ਦੀ ਵੀ ਸੰਥਿਆ ਦਿੰਦੇ। ਉਹਨਾਂ 'ਚ ਸਭ ਤੋਂ ਸ਼੍ਰੋਮਣੀ ਸਿੰਘਾਂ 'ਚੋਂ ਸਨ 48 ਚੋਂ ਸ਼ਹੀਦ ਬਾਬਾ ਦੀਪ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਨਾਦੇੜ ਵੱਲ ਜਾਣ ਲੱਗੇ, ਜਿੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਹਿਗੁਰੂ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਜ਼ਿੰਮੇਵਾਰੀ ਬਖਸ਼ੀ, ਉੱਥੇ ਨਾਲ ਸਤਿਗੁਰੂ ਜੀ ਨੇ ਦਮਦਮੀ ਟਕਸਾਲ ਦੀ ਵੀ ਬਖਸ਼ਿਸ਼ ਕੀਤੀ। ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ, ਜਿਨ੍ਹਾਂ ਨੂੰ ਸਰਹੰਦ ਦੀ ਜੰਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਖਿਤਾਬ ਦਿੱਤਾ ਸੀ, ਜਿੰਦਾ ਸ਼ਹੀਦ ਦਾ, ਜਿੰਦਾ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਤੋਂ ਅੱਗੇ ਦਮਦਮੀ ਟਕਸਾਲ ਚੱਲੀ, ਜਿਨ੍ਹਾਂ ਤੋਂ ਅੱਗੇ 13ਵੇਂ ਥਾਂ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦੀ ਬਰਸੀ ਸੰਬੰਧ ਦੇ ਵਿੱਚ ਆਪਾਂ ਅੱਜ ਇੱਥੇ ਇਕੱਤਰਿਤ ਹੋਏ ਹਾਂ।
ਗੁਰਸੰਗਤ ਜੀ ਮਹਾਂਪੁਰਖਾਂ ਦੇ ਜੀਵਨ ਬਾਬਤ ਆਪ ਸੰਗਤਾਂ ਕਿਉਂਕਿ ਹਰ ਸਾਲ ਬਰਸੀ ਮਨਾਉਣੇ ਹੋ ਜਾਣਦੇ ਹੀ ਹੋ। ਦਾਸ ਦੇ ਪਿਤਾ ਜੀ ਸਿੰਘ ਸਾਹਿਬ ਗਿਆਨੀ ਮਾਲ ਸਿੰਘ ਜੀ ਮਹਾਂਪੁਰਖਾਂ ਦੇ ਵਿਦਿਆਰਥੀ ਸਨ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਦਾਸ ਦੇ ਪਿਤਾ ਜੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਜੋ ਕਿ ਮੰਜੀ ਸਾਹਿਬ ਲੰਮਾ ਸਮਾਂ ਕਥਾਵਾਚਕ ਰਹੇ, ਗਿਆਨੀ ਠਾਕੁਰ ਸਿੰਘ ਜੀ ਪਟਿਆਲੇ ਵਾਲੇ, ਹੋਰ ਬੇਅੰਤ ਜਥੇ ਦੇ ਸਿੰਘ ਜਿਹੜੇ ਹੁਣ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਵੀ ਉਸੇ ਸਮੇਂ ਇਕੱਠੇ ਜਥੇ ਵਿੱਚ ਪੜ੍ਹਦੇ ਰਹੇ। ਦਾਸ ਦੇ ਪਿਤਾ ਜੀ ਦੀ ਸੇਵਾ ਪੰਜ ਪਿਆਰਿਆਂ ਦੇ ਜਥੇ ਵਿੱਚ ਸੀ। ਪਿਤਾ ਜੀ ਤੋਂ ਜੋ ਬਚਨ ਸੁਣੇ ਮਹਾਂਪੁਰਖਾਂ ਦੇ ਬਾਬਤ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਜੀਵਨ ਐਸਾ, ਹਰ ਸਮੇਂ ਬਾਣੀ ਜਿੱਥੇ ਪੜ੍ਹਦੇ ਸੁਣਦੇ ਉੱਥੇ ਬਾਣੀ ਦੇ ਪ੍ਰਚਾਰ ਵਿੱਚ ਸਾਰਾ ਸਮਾਂ ਲਾਉਂਦੇ। ਬਚਨ ਸੁਣਾਇਆ ਉਹਨਾਂ, ਕਹਿੰਦੇ ਇੱਕ ਵਾਰ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਥਾ ਰੁਕਿਆ ਹੋਇਆ ਸੀ ਤੇ ਮਹਾਂਪੁਰਖਾਂ ਨੇ ਗੁਰਸੰਗਤ ਜੀ ਦਿਨ ਦੇ ਵਿੱਚ ਚਾਰ ਪੰਜ ਵਾਰ ਪਹਿਲਾਂ ਕਥਾ ਕੀਤੀ। ਮਹਾਂਪੁਰਖ ਭਾਵੇਂ ਕਿੰਡਾ ਹੀ ਰੁਝੇਵਾਂ ਹੁੰਦਾ, ਸਿੰਘਾਂ ਦੀ ਸੰਥਿਆ ਨਹੀਂ ਸੀ ਰੁਕਣ ਦਿੰਦੇ। ਉਸ ਵੇਲੇ ਕਹਿੰਦੇ ਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਸੀ, ਸੰਥਿਆ ਦੇ ਰੂਪ ਦੇ ਵਿੱਚ ਮਹਾਂਪੁਰਖਾਂ ਨੇ 200 ਵਾਟ ਦਾ ਵੱਲਮ ਲਵਾ ਕੇ ਉਸ ਵੇਲੇ ਸਿੰਘਾਂ ਨੂੰ ਰਾਤਰੀ ਨੂੰ ਫਿਰ ਵੀ ਸੰਥਿਆ ਕਰਵਾਈ। ਵੇਖੋ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਟਕੇ ਦੇ ਦਰਸ਼ਨ ਕਰਦੇ ਆ, ਸਿੰਘਾਂ ਨੇ ਮੈਨੂੰ ਫੋਟੋਆਂ ਵੀ ਵਿਖਾਈਆਂ, ਦਾਸ ਨੇ ਆਪ ਅੱਖੀਂ ਵੀ ਦਰਸ਼ਨ ਕੀਤੇ ਆ। ਵੈਸੇ ਉੱਥੇ ਆਮ ਪ੍ਰਚਲਿਤ ਤੌਰ ਤੇ ਦਰਸ਼ਨ ਨਹੀਂ ਕਰਾਏ ਜਾਂਦੇ, ਦਸਮ ਦੀ ਬੇਅੰਤ ਬਾਣੀ ਉਹਦੇ ਵਿੱਚ 19 ਅੰਕਾਂ ਦਾ ਤੱਤ ਕਰੀ ਆ, ਇਕੱਲਾ ਜਿਹਨੂੰ ਇੰਡੈਕਸ ਕਹਿ ਲਈ ਆਪਾਂ, ਦਸਮ ਦੀ ਬਾਣੀ ਆ ਕੇਵਲ ਉਹ ਚ। ਅਖੀਰ ਚ ਫਾਰਸੀ ਦੇ ਵਿੱਚ ਦਸਖਤ ਕੀਤੇ ਹੋਏ ਆ ਬਾਬਾ ਦੀਪ ਸਿੰਘ ਜੀ ਦੇ ਅਸਵਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਾ ਕਮਰ ਕਸਾ ਗੁਟਕਾ ਬਾਬਾ ਦੀਪ ਸਿੰਘ ਕਾ, ਫਾਰਸੀ ਚ ਬਾਬਾ ਦੀਪ ਸਿੰਘ ਜੀ ਦੇ ਦਸਖਤ ਨੇ। ਜੇ ਦਮਦਮੇ ਟਕਸਾਲ ਦਾ ਪਹਿਲਾ ਮੁਖੀ ਇਹਨਾਂ ਬਾਣੀ ਦਾ ਧਨੀ ਸੀ ਤਾਂ ਗੁਰਸੰਗਤ ਜੀ ਅਗਲੇ ਮੁਖੀ 13ਵੇਂ ਮੁਖੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਵੀ ਵੇਖੋ ਉਹਨਾਂ ਦਾ ਨਿਤਨੇਮ, ਜਦੋਂ ਸਕੂਲ ਦੀ ਵਿੱਦਿਆ ਪੜ੍ਹਦੇ ਸੀ ਸਕੂਲ ਆਉਂਦੇ ਜਾਂਦੇ ਹੀ 25 ਜਪ ਜੀ ਦੇ ਪਾਠ ਕਰ ਲਿਆ ਕਰਦੇ। ਸਿੰਘਾਂ ਤੋਂ ਸੁਣਿਆ ਵੀ ਆਉਂਦੇ ਜਾਂਦੇ ਆ ਸਕੂਲ ਆਉਂਦੇ ਜਾਂਦੇ ਹੀ 25 ਜਪ ਜੀ ਦੇ ਪਾਠ ਕਰ ਲਿਆ ਕਰਦੇ, ਕਿੱਡਾ ਅਭਿਆਸ ਹੋਵੇਗਾ। ਅਭਿਆਸ ਨਾਲ ਹੀ ਆਉਂਦਿਆਂ ਜਾਂਦਿਆਂ 25 ਜਪ ਜੀ ਦੇ ਪਾਠ ਹੋ ਸਕਦੇ। ਜਿੱਥੇ ਮਹਾਂਪੁਰਖ ਹੋਰ ਨਿਤਨੇਮ ਕਰਦੇ ਸਿਮਰਨ ਅਭਿਆਸ ਕਰਦੇ ਗੁਰਸੰਗਤ ਜੀ, ਉੱਥੇ ਮਹਾਂਪੁਰਖਾਂ ਨੇ ਸਿੱਖੀ ਦਾ ਬੇਅੰਤ ਪ੍ਰਚਾਰ ਕੀਤਾ। ਜਿਵੇਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਜਿਨ੍ਹਾਂ ਨੇ ਬੇਅੰਤ ਸਿੱਖੀ ਦਾ ਪ੍ਰਚਾਰ ਕੀਤਾ, ਉੱਥੇ ਗੁਰਸੰਗਤ ਜੀ 13ਵੇਂ ਮੁਖੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਵੀ ਐਮਰਜੈਂਸੀ ਦੌਰਾਨ 31 ਨਗਰ ਕੀਰਤਨ ਕੱਢੇ, ਬੇਅੰਤ ਸਿੱਖੀ ਦਾ ਪ੍ਰਚਾਰ ਕੀਤਾ। ਕੱਲਾ ਗੁਰੂ ਘਰਾਂ 'ਚ ਹੀ ਨਹੀਂ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਾ ਕੇ, ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਅੱਜ ਜਿਹੜੀ ਪਨੀਰੀ ਆਪਾਂ ਵੇਖਦੇ ਹਾਂ, ਮਹਾਂਪੁਰਖਾਂ ਤੋਂ ਬਾਅਦ ਬਾਬਾ ਠਾਕੁਰ ਸਿੰਘ ਜੀ ਖਾਲਸਾ ਮਹਾਂਪੁਰਖ ਬ੍ਰਹਮ ਗਿਆਨੀ ਮਹਾਂਪੁਰਖ ਜਦੋਂ ਇੱਥੇ ਆਏ, ਇੱਥੋਂ ਦੇ ਬੌਰਨ ਬੱਚੇ, ਇੱਥੋਂ ਦੇ ਜਨਮੇ ਹੋਏ ਬੱਚੇ, ਉਹਨਾਂ ਦੀ ਸੰਗਤ ਕਰਕੇ ਅੱਜ ਵੇਖੋ ਪੰਜ ਪਿਆਰਿਆਂ ਦੇ ਜਥਾ ਬਣਾਇਆ ਹੋਇਆ, ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਦੇ ਜਥੇ 'ਚ ਲੱਗਦੇ ਆ, ਕਿੱਡੀ ਚੜ੍ਹਦੀ ਕਲਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਮਹਾਨ ਬਖਸ਼ਿਸ਼ਾਂ ਟਕਸਾਲ ਦੇ ਵਿੱਚ, ਗੁਰਸੰਗਤ ਜੀ ਟਕਸਾਲ ਦਾ ਪਰ ਇੱਕ ਨਿਯਮ ਹੈ, ਬਾਈ ਜੀ ਬੈਠੇ ਆ ਮਹਾਂਪੁਰਖਾਂ ਦੇ ਸਮੇਂ ਤੋਂ ਇਹ ਸੀ ਵੀ ਜੇ ਕਿਸੇ ਨੇ ਕਥਾ ਕਰਨੀ ਆ ਪਹਿਲਾਂ 1.25 ਲੱਖ ਮੂਲ ਮੰਤਰ ਦਾ ਜਾਪ ਕਰਾਇਆ ਜਾਂਦਾ ਸੀ, ਜੇ ਕਿਸੇ ਨੇ ਸਤਿਗੁਰੂ ਦੀ ਤਾਬਿਆ ਬੈਠਣਾ ਹੈ ਪਹਿਲਾਂ ਸਹਿਜ ਪਾਠ ਕਰਾਇਆ ਜਾਂਦਾ ਸੀ, ਸੰਥਿਆ ਸੰਪੂਰਨ ਹੋਣ ਤੋਂ ਬਾਅਦ ਪਹਿਲਾਂ ਇੱਕ ਸਹਿਜ ਪਾਠ ਕਰਨਾ ਜ਼ਰੂਰੀ ਸੀ। ਅੱਜ ਸਾਨੂੰ ਲੋੜ ਹੈ ਮਹਾਂਪੁਰਖਾਂ ਦੇ ਜਿੱਥੇ ਅਸੀਂ ਬਰਸੀ ਮਨਾ ਰਹੇ ਹਾਂ, ਜਿੱਥੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਅਸੀਂ ਬਾਣੇ ਵੀ ਪਾਏ ਹੋਏ ਹੈ, ਉੱਥੇ ਅਸੀਂ ਬਾਣੀ ਦੀ ਵੀ ਧਾਰਨੀ ਹੋਈ ਹੈ। ਮੈਂ ਪਹਿਲਾਂ ਵੀ ਕਿਹਾ ਸੀ, ਬਚਨ ਕੀਤਾ ਸੀ ਕੱਲ੍ਹ ਵੀ, ਸਿੰਘ ਗੁਰੂ ਕਾ ਪੰਛੀ ਜਾਣੋ ਬਾਣੀ ਬਾਣਾ ਖੰਭ ਪਛਾਣੋ, ਜਿਵੇਂ ਪੰਛੀ ਗੁਰਸੰਗਤ ਜੀ ਇੱਕ ਖੰਭ ਨਾਲ ਉੱਡ ਨਹੀਂ ਸਕਦਾ,
सिंह बेअंत बेअंत बाणी पढ़दे हुण इत्थे सिंघां नाल कुछ समां गुजारन दा मौका मिलिया। बेअंत सिमरन करदे आ, बाणी पढ़दे आ, पर भाई जिहड़े नहीं पढ़दे अज महापुरखां दी बरसी ते एकत्रित होए आ। अज निजम बणाईए वध तों वध नितनेम, जप जी साहिब दे पाठ, मूल मंत्र दे व्यास, गुरमंत्र दे व्यास। तर्कवादी लोग भावें तर्कां करी जाण, जदों तुसीं तख्त श्री दमदमा साहिब जावोंगे उत्थे बेनती करिओ वी सानूं शहीद बाबा दीप सिंह जी दे सिमरने दे दर्शन कराओ। नहीं तां भाई वीरविंदर सिंह कोल पिक्चरां वी नहीं। इन्ना मोटा गुरसंगत जी मणका बाबा दीप सिंह जी दे सिमरने दा, जिहड़ा बाबा जी अपने गुरसंगत जी गुट विच पहनिया करदे, हथ विच रखिया करदे, जे उह सिमरन करदे सी तद ही सिमरना रखिया होया सी। शहीद बाबा दीप सिंह जी जे सिमरन करदे सी तां गुरसंगत जी अगे महापुरखां दे जीवन पढ़दे आ। पिंडरी जाके वेखी, उत्थे लिखिया होया है 36 लख मूल मंत्र दे जाप। सचखंड श्री हरिमंदर साहब जी छत ते महापुरखां ने 125,000 जाप कीते। श्री मुक्तसर साहब दे पावन सरोवर विच खलो के 125,000 जाप साहब दे पाठ कीते। बेअंत जापां दा जिक्र आउंदा है। ਇਹ ਖੇਡ ਸਾਰੀ ਤਦ ਹੀ ਬਣਦੀ ਹੈ ਜੇ ਗੁਰੂ ਵਾਲੇ ਬਣ ਕੇ ਭਾਈ ਬਾਣੀ ਅਤੇ ਬਾਣੀ ਦੇ ਧਾਰਨੀ ਬਣੀਏ। ਜੋ ਸਮਾਂ ਪ੍ਰਾਪਤ ਹੋਇਆ ਸੀ ਗੁਰਸੰਗਤ ਜੀ, ਸਮਾਂ ਤਕਰੀਬਨ ਨੇੜੇ ਹੋ ਚੁੱਕਿਆ ਹੈ। ਬਖਸ਼ੋ ਸੀਸ, ਆਓ ਆਪਾਂ ਸੂਖਮ ਜੇ ਅਰਥ, ਆਪਾਂ ਜੋ ਸ਼ਬਦ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੋਰਠ ਰਾਗ ਦੇ ਅੰਦਰ ਫਰਮਾਉਂਦੇ ਹਨ, ਪੂਰੇ ਚਰਨੀ ਲਾਇਆ। ਪੂਰੇ ਗੁਰੂ ਨੇ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਲਾ ਲਿਆ। ਗੁਰਸੰਗਤ ਜੀ ਇੱਥੇ ਪੂਰਾ ਗੁਰੂ ਸ਼ਬਦ ਸਤਿਗੁਰੂ ਜੀ ਨੇ ਬਖਸ਼ਿਆ, ਇਹਦਾ ਮਤਲਬ ਸੰਸਾਰ 'ਚ ਅਧੂਰੇ ਗੁਰੂ ਵੀ ਨੇ, ਕੱਚੇ ਗੁਰੂ ਵੀ ਨੇ। ਉਹਨਾਂ ਤੋਂ ਅਸੀਂ ਸੁਚੇਤ ਰਹਿਣਾ। ਪੂਰਾ ਗੁਰੂ ਕੌਣ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾ ਨੰਗ। ਹੋਰ ਸਾਰੇ ਝੂਠੇ ਨੇ, ਕੱਚੇ ਨੇ, ਅਤੇ ਸਤਿਗੁਰੂ ਜੀ ਦੇ ਚਰਨ ਕਿਹੜੇ ਨੇ? ਜਿੱਥੇ ਸਰਗੁਣ ਨਿਰਗੁਣ ਗੁਰ ਸ਼ਬਦ ਤਿੰਨ ਰੂਪ ਨੇ ਪਰਮੇਸ਼ਰ ਦੇ, ਕਿਹਾ ਨਾ, ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਿੱਤ ਚਰਨ ਨਾਮ, ਨਾਮ ਰੂਪੀ ਚਰਨ। ਹਿਰਦੈ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਦਾ ਜਿਹੜਾ ਸ਼ਬਦ ਹੈ ਇਹੋ ਹੀ ਹਿਰਦੇ 'ਚ ਗੁਰੂ ਦੇ ਚਰਨ ਵਸਾਉਣੇ ਆ। ਗੁਰਪੂਰੇ ਚਰਨੀ ਲਾਇਆ, ਸਤਿਗੁਰੂ ਪੂਰੇ, ਸਤਿਗੁਰੂ ਨੇ ਕਿਰਪਾ ਕਰਕੇ ਆਪਣੇ ਸ਼ਬਦ ਰੂਪੀ ਚਰਨਾਂ ਨਾਲ ਲਾ ਲਿਆ ਹੈ। ਸੰਗ ਸਹਾਈ ਪਾਇਆ, ਗੁਰੂ ਦੀ ਕਿਰਪਾ ਨਾਲ ਹਰੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੂੰ ਹਰ ਥਾਂ ਅੰਗ ਸੰਗ ਪਾਇਆ ਹੈ। ਰਹਿ ਜਾਈਐ ਤਹਾਂ ਸੁਹੇਲੇ। ਹੁਣ ਪਰਮੇਸ਼ਰ ਦੀ ਐਸੀ ਕਿਰਪਾ ਵਰਤੀ ਵੀ ਜਿੱਥੇ ਵੀ ਜਾਂਦੇ ਆ ਗੁਰਸੰਗਤ ਜੀ, ਹਰ ਥਾਂ ਉੱਥੇ ਸੁਹੇਲੇ ਸੁਖੀ ਹਾਂ, ਕਿਉਂਕਿ ਸਤਿਗੁਰੂ ਦੀ ਕਿਰਪਾ ਹੀ ਐਸੀ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤਕਾਇਆ ਰੱਖਿਆ ਪਰਮੇਸ਼ੁਰ ਹੈ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਰ ਹੈ, ਸਰਬ ਰੱਖਿਆ ਗੁਰਦਿਆਲ ਹੈ, ਭੈ ਦੁੱਖ ਬਿਨਾਸਨ ਹੈ, ਐਸੀ ਕਿਰਪਾ ਵਰਤੀ। ਉੱਥੇ ਨਾਲ ਸਤਿਗੁਰੂ ਕਲਗੀ ਵਾਲੇ ਦੇ ਵਚਨ ਨੇ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਘਾਵ, ਤਉ ਤਨ ਏਕ ਨ ਲਾਗਣ ਪਾਵੈ। ਸਤਿਗੁਰੂ ਜੀ ਕਹਿੰਦੇ ਭਾਈ ਜਹਿ ਜਾਈਏ, ਜਿੱਥੇ ਵੀ ਜਾਂਦੇ ਹਾਂ ਤਹਾਂ ਸੁਹੇਲੇ, ਉੱਥੇ ਹੀ ਸੁੱਖ ਵਿੱਚ ਹਾਂ। ਹਰ ਕਿਰਪਾ ਪ੍ਰਭ ਮਿਲੇ, ਗੁਰੂ ਨੇ ਕਿਰਪਾ ਕਰਕੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਭੇਦਤਾ ਬਖਸ਼ ਦਿੱਤੀ ਹੈ। ਹਰ ਗੁਣ ਗਾਵੋ ਸਦਾ ਸੁਖ ਭਾਈ, ਹੇ ਭਾਈ ਸਦਾ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਪ੍ਰੇਮ ਸਹਿਤ ਗਾਉਣਾ ਕਰੋ। ਮਨ ਚੰਦੇ ਸਗਲੇ ਫਲ ਪਾਵੋ, ਜੀ ਕਾ ਸੰਗ ਸਹਾਈ। ਪ੍ਰਾਪਤੀ ਕੀ ਹੋਵੇਗੀ? ਮਨ ਚਿੰਦੇ ਸਗਲੇ ਫਲ ਪਾਵੋ। ਮਨ ਦੀਆਂ ਜਿਤਨੀਆਂ ਵੀ ਚਿਤਵਣੀਆਂ ਨੇ ਉਹ ਸਾਰੇ ਫਲ ਪ੍ਰਾਪਤ ਹੋਣਗੇ।
इच्छा पूरक सर्व सुखदाता हर जाके बस है काम धेना रसना गुण गोपाल निध गायन शांत सहज रहस मन उपजियो सगले दुख पलायन। भाई जिथे मन वांछित फल मिलणगे उथे जी कै संग सहाई उथे तेरे जी नाल जीव आत्मा नाल तेरी रूह नाल लोक परलोक विच सहायता होवेगी। विश्राम दे के हजूर फरमाउंदे हन नारायण प्राण आधारा नरा नरा दे विच आयन घर रखण वाला जिदे विच नारायण अविद्या रूपी अज्ञानता रूपी रात्रि दा अंधेरा नहीं है ओ नारायण प्राण आधारा ओ हर एक जीव दा प्राणा दा आसरा है। हम संत जना रे नारा जिन्हां ने प्यारे संत जना ने जिन्हां सास ग्रास न विसरै हर नामा मन मंत धन से नानका पूर्ण सोई संत ऐसे महापुरख जिन्हां दी आप संगतां बरसियां मना रहे हो एहो जे महात्मा महापुरख ਉਹਨਾਂ ਦੀ ਅਸੀਂ ਚਰਨਾਂ ਦੀ ਰੇਣ ਧੂੜੀ ਹਾਂ। ਪੁਨੀਤ ਕਰ ਲੈਨੇ ਕਿਰਪਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨਾਰਾਇਣ ਨੇ ਸਾਨੂੰ ਪਤਿਤ ਪੁਨੀਤ ਪਤਿਤ ਪਾਪੀਆਂ ਨੂੰ ਪੁਨੀਤ ਪਵਿੱਤਰ ਕਰ ਲਿਆ। ਗੁਰਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਦੀ ਐਸੀ ਕਲਾ ਭਾਈ ਗੁਰਦਾਸ ਜੀ ਕਹਿੰਦੇ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਵੱਡੇ ਵੱਡੇ ਪਾਪੀ ਵੀ ਬਾਣੀ ਦਾ ਬਚਨ ਘੋਰ ਦੁਖਿਆਂ ਅਨਕ ਹੱਤਿਆਂ ਜਨਮ ਦਰਿਦਰੰ ਮਹਾਂ ਵਿਖਾਦੰ ਮਿਟਾਂਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਿਵੇਂ ਲੱਕੜਾਂ ਦੇ ਢੇਰ ਨੂੰ ਅੱਗ ਦੀ ਚਿੰਗਾਰੀ ਸਾੜ ਕੇ ਸਵਾਹ ਕਰ ਦਿੰਦੀ ਹੈ ਜਿੰਨੇ ਮਰਜ਼ੀ ਪਾਪ ਹੋਣ ਸਤਿਗੁਰੂ ਦੇ ਚਰਨੀ ਲੱਗ ਜਾਈਏ ਸਤਿਗੁਰੂ ਦੀ ਕਿਰਪਾ ਨਾਲ ਪਤਿਤ ਪੁਨੀਤ ਕਰ ਲੈਂਦੇ ਪਾਪੀ ਵੀ ਪਵਿੱਤਰ ਹੋ ਜਾਂਦੇ ਹਨ। ਹਰ ਕਿਰਪਾ ਹਰ ਜਸ ਦਿਨੇ ਸਤਿਗੁਰੂ ਨੇ ਕਿਰਪਾ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਜਸ ਬਖਸ਼ ਦਿੱਤਾ ਹੈ। ਪਰ ਬ੍ਰਹਮ ਕਰੇ ਪ੍ਰਤਪਾਲਾ ਉਹ ਪਾਪਾ ਪੁੰਨਾ ਤੋਂ ਪਰੇ ਬ੍ਰਹਮ ਸਰੂਪ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜੀਵਾਂ ਦੇ ਪ੍ਰਤੀ ਜੀਵ ਪਾਲਣਾ ਕਰਦਾ ਇਹ ਨਹੀਂ ਵੀ ਕਿਸੇ ਕਦੇ ਦੀ ਪ੍ਰਤਪਾਲਾ ਪ੍ਰਤੀ ਜੀਵ ਹਰ ਜੀਵ ਦੀ ਹਰ ਪਰਸਨ ਦੀ ਉਹ ਪਾਲਣਾ ਕਰਦਾ ਹੈ। ਸਤ ਜੀ ਸੰਗ ਰਖਵਾਲਾ ਇਹ ਨਹੀਂ ਵੀ ਉਹ ਇੱਕ ਸਮੇਂ ਜਿਵੇਂ ਕਿਸੇ ਆਫਿਸ ਦਾ ਸਮਾਂ ਆਉਂਦਾ ਵੀ 9 ਤੋਂ 5 ਹੀ ਸਮਾਂ ਗਾ ਜਾਂ ਵੀ ਦਿਨ ਦੇ ਸਮੇਂ ਜਾਂ ਰਾਤ ਦੇ ਸਮੇਂ ਜਾਂ ਵੀ ਕਿਤੇ ਇੰਡੀਆ ਦੇ ਵਿੱਚ ਜਾਂ ਇਸ ਕੰਟਰੀ 'ਚ ਨਹੀਂ ਸਤ ਜੀ ਸੰਗ ਰਖਵਾਲਾ ਉਹ ਇਕੱਲੇ ਇਸ ਲੋਕ 'ਚ ਨਹੀਂ ਉਹ ਪਰਲੋਕ 'ਚ ਵੀ ਲੋਕ ਪਰਲੋਕ 'ਚ ਦੋਵੇਂ ਥਾਂ ਉਹ ਦੋਵੇਂ ਥਾਵਾਂ 'ਚ ਇੱਥੇ ਵੀ ਤੇ ਪਰਲੋਕ ਚ ਵੀ ਤਾਂਹੀਓ ਕਹਿੰਦੇ ਲੋਕ ਸੁਖੀਏ ਪਰਲੋਕ ਸੁਹੇਲੇ ਉਹ ਗੁਰੂ ਕਿਰਪਾ ਕਰਦਾ ਸਤ ਜੀ ਸੰਗ ਰਖਵਾਲਾ ਉਹ ਰੱਖਿਆ ਕਰਦਾ ਹੈ। ਹਰ ਦਿਨ ਰਹਿਣ ਕੀਰਤਨ ਗਾਈਆ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਭਾਈ ਐਸੇ ਪਰਮੇਸ਼ੁਰ ਵਾਹਿਗੁਰੂ ਦੀ ਜਿਹੜੀ ਕੀਰਤੀ ਹੈ ਸਿਫਤ ਹੈ ਦਿਨ ਰਾਤ ਕਰਨਾ ਕਰੋ ਬਹੁੜ ਨਾ ਜੋਨੀ ਪਾਈਆ ਜਦੋਂ ਉਹਦੀ ਕੀਰਤੀ ਕਰੋਗੇ ਉਹਦਾ ਜਾਸ ਕਰੋਗੇ ਉਹਦੀਆਂ ਸਿਫਤਾਂ ਕਰੋਗੇ ਬਹੁੜ ਨਾ ਜੋਨੀ ਪਾਈਆ ਫਿਰ 84 ਲੱਖ ਜੂਨਾਂ ਚ ਨਹੀਂ ਪਵੋਗੇ। ਜਿਸ ਦੇਵ ਪੁਰਖ ਵਿਧਾਤਾ ਵਿਧੀ ਦਾ ਰਚਣ ਵਾਲਾ ਵਿਧਾਤਾ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਇਹ ਦਾਤ ਦੇਵੇ ਜਿਸ ਨੂੰ ਗੁਣ ਗਾਉਣ ਦੀ ਦਾਤ ਬਖਸ਼ਿਸ਼ ਕਰੇ ਰਸ ਤਿੰਨ ਹੀ ਜਾਤਾ ਉਸੇ ਨੇ ਬਾਣੀ ਪੜ੍ਹ ਕੇ ਨਾਮ ਜਪ ਕੇ ਉਹਦੀਆਂ ਸਿਫਤਾਂ ਕਰਕੇ ਨਾਮ ਦਾ ਰਸ ਪਰਮੇਸ਼ੁਰ ਵਾਹਿਗੁਰੂ ਦਾ ਅਮਿਆ ਰਸ ਜਾਤਾ ਜਾਣਿਆ ਹੈ। ਕੰਕਰ ਨੇੜ ਨਾ ਫਿਰ ਜਿੱਥੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁੱਟਹਿ ਨਿਕਟ ਨਾ ਜਾਈ ਉਹ ਦੂਤ ਉੱਥੇ ਫਿਰ ਜਮ ਕੰਕਰ ਜਮ ਦੂਤ ਨੇੜੇ ਨਹੀਂ ਆਉਂਦਾ ਹੈ। ਸੁਖ ਨਾਨਕ ਸਰਣੀ ਪਾਇਆ ਭਾਈ ਜੇ ਸੁਖ ਪਾਇਆ ਸਤਿਗੁਰੂ ਜੀ ਕਹਿੰਦੇ ਅਸੀਂ ਤਾਂ ਸਤਿਗੁਰੂ ਦੀ ਸ਼ਰਨ ਤੋਂ ਹੀ ਪਾਇਆ ਹੈਗਾ ਸਾਰੇ ਸੁਖ ਜਿਤੜੇ ਫਲ ਮਨ ਬਾਂਛੀ ਹੈ ਤਿਤੜੇ ਸਤਿਗੁਰ ਪਾਸ ਜੋ ਕੁਝ ਵੀ ਅਸੀਂ ਲੋਕ ਪ੍ਰਲੋਕ ਦਾ ਚਾਹੁੰਦੇ ਹਾਂ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸੋਂ ਮਿਲਣਾ ਹੈ। ਇਸ ਲਈ ਇਹ ਬਰਸੀ ਸਮਾਗਮ ਸੰਪੂਰਨਤਾ ਦਿਵਸ ਮਨਾਇਆ ਤਾਂ ਹੀ ਸਫਲ ਹੈ ਜਿਨ੍ਹਾਂ ਨੇ ਭਾਈ ਅੰਮ੍ਰਿਤ ਨਹੀਂ ਛਕਿਆ
ਉਹ ਸਤਿਗੁਰ ਵਾਜੋ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਖੰਡੇ ਬਾਟੇ ਦਾ ਅੰਮ੍ਰਿਤ ਭਾਵੇਂ ਅੱਜ ਤਿਆਰ ਹੋਇਆ ਸੀ ਬੇਅੰਤ ਪ੍ਰਾਣੀ ਭਾਵੇਂ ਜਹਾਜੇ ਚੜ੍ਹੇ ਨੇ ਗੁਰਸੰਗਤ ਜੀ ਜਿੱਥੇ ਅੱਗੇ ਵੀ ਇਹ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਰਹਿੰਦਾ ਜੇ ਕਿਸੇ ਦਾ ਮਨ ਬਣੇ ਤਾਂ ਕਲੰਗੀ ਵਾਲੇ ਪਾਤਸ਼ਾਹ ਦੀ ਗੋਦ ਦਾ ਸੁੱਖ ਜ਼ਰੂਰ ਲਓ ਜਿੱਥੇ ਸਾਹਿਬਜ਼ਾਦਿਆਂ ਨੂੰ ਗੋਦ ਬਖਸ਼ੀ ਹੈ ਉੱਥੇ ਅੰਮ੍ਰਿਤ ਛਕਣ ਵਾਲਿਆਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਦੀ ਅੰਸ਼ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨੇ ਆਪਣਾ ਪੁੱਤਰ ਦਾ ਮਰਾਤਬਾ ਬਖਸ਼ਿਆ ਜਿੱਥੇ ਸਾਹਿਬਜ਼ਾਦਿਆਂ ਨੂੰ ਬਖਸ਼ਿਸ਼ ਕਰਕੇ ਆਪਣਾ ਪੁੱਤ ਕਿਹਾ ਉੱਥੇ ਸਾਨੂੰ ਵੀ ਪੁੱਤਰ ਬਣਾਇਆ ਕਲੰਗੀ ਵਾਲੇ ਦੇ ਪੁੱਤਰ ਧੀਆਂ ਬਣ ਕੇ ਜੀਓ ਗੁਰਸੰਗਤ ਜੀ ਊੜਾ ਤੇ ਜੂੜਾ ਇਹਦੀ ਸੰਭਾਲ ਕਰੋ ਇੱਥੋਂ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਉਪਰਾਲਾ ਕੀਤਾ ਗੁਰਸੰਗਤ ਜੀ ਨੌਜਵਾਨ ਜਿਤਨੇ ਵੀ ਵੀਰ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਜਿਹੜੇ ਸਾਰੇ ਮਹਾਂਪੁਰਖਾਂ ਨਾਲ ਪਿਆਰ ਕਰਨ ਵਾਲੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਲ ਜੀਵਨ ਨਾਲ ਜੁੜੇ ਹੋਏ ਜਿਹੜੇ ਗੁਰਸਿੱਖ ਵੀਰ ਨੇ ਉਹਨਾਂ ਵੱਲੋਂ ਇਹ ਸਾਰੇ ਉਪਰਾਲੇ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਭਾਈ ਵੀਰਬਿੰਦਰ ਸਿੰਘ ਜੀ ਭਾਈ ਹਰਜਿੰਦਰ ਸਿੰਘ ਜੀ ਹੋਰ ਬੇਅੰਤ ਸਿੰਘ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਸਤਿਗੁਰੂ ਕਿਰਪਾ ਕਰਨ ਇਹਨਾਂ ਦੇ ਕੀਤੇ ਹੋਏ ਯਤਨ ਸਫਲੇ ਹੋਣ ਗੁਰਸੰਗਤ ਜੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਪਾਵਨ ਸ਼ਬਦ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਜੀ ਦਾ ਕੋਟ ਆਣ ਕੋਟ ਸ਼ੁਕਰ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਅਖੀਰਲੀਆਂ ਪੰਗਤੀਆਂ ਇੱਕ ਵਾਰ ਫਿਰ ਸਰਵਣ ਕਰੋ ਜੀ ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿੰਨ ਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।